ਮੈਂ ਸ਼ਰਿਆਂ ਕਹਿੰਦਾ ਮੈਂ ਪਾਗੀ ਸਾਰਿਆਂ ਦੇ ਬਰਖਲਾਫ ਲੱਗ ਯਾਰ ਜਿਹਨਾਂ ਜੇਲ ਬਣਾ ਦਿੱਤਾ ਯਾਰ ਭੈਣ ਚੋ ਮੇਰੇ ਘਰ ਅੰਦਰ ਵੜ ਵੜ ਕੇ ਰਹਿਣ ਦਿਆ ਯਾਰ ਆਪਣੇ ਏਰੀਏ ਚੋ ਖਾਸ ਕਰਕੇ ਸਕਿਓਰਟੀ ਆਉਂਦੀ ਆ ਦੋ ਦਿਨ ਆਉਂਦੀ ਗੋਲੀ ਮਾਰ ਕੇ ਗਾਂ ਠੀਕ ਆ ਅੱਜ ਮੈਂ ਕਹਿ ਦਿੱਤਾ ਜੇ ਮੈਂ ਸਵੇਰ ਤੋਂ ਆਹ ਵੀ ਲਾਤਾ ਜੇ ਆਹ ਵੀ ਪਾਤਾ ਜੇ ਜਵਾਨੀ ਨੀ ਮੈਂ ਪਾ ਕੇ ਤੁਰਨਾ ਜਿੰਨੇ ਮਾਰਨਾ ਜਿਹੜੇ ਸਾਲੇ ਨੇ ਮਾਰਨਾ ਮਾਰਦੇ ਕੋਈ ਗੱਲ ਖੜਾ ਉਹਨਾਂ ਸਾਰਾ ਪਿੰਡ ਖਲੋਤਾ ਦੂਜੀ ਗੱਲ ਜਿੰਨੇ ਮਾਰਨੀ ਗੋਲੀ ਸਾਰੇ ਪਿੰਡ ਦੇ ਮਾਰੇ ਇਹ ਨਹੀਂ ਕਿ ਉਹ ਕੱਲਾ ਵਾ ਅਸੀਂ ਲਾਈਵ ਚੋਰੀ ਨਹੀਂ ਹੁਣ ਫੋਨ ਆਇਆ ਫੋਨ ਵੀ ਕਹੀ ਕਿੰਨੇ ਗੋਲੀ ਮਾਰੀ ਮੈਂ ਗੈਂਗਸਟਰ ਦੇ ਨਾਲ ਪੁੱਤ ਨਹੀਂ ਮਾਰਨਾ ਆ ਮੇਰੇ 11 ਸਾਲਾਂ ਬਾਅਦ ਪੁੱਤ ਹੈ ਮੈਂ ਆ ਮਾਰਨਾ ਗੋਲੀ ਆ ਕਰੂੰ ਇਹ ਕੱਤੇ ਇਸ ਟਾਈਮ ਤੇ ਨਹੀਂ ਕਰਨਾ ਖਤਮ ਕਰ ਆ ਕਰੂੰ ਆਪਣਾ ਆ ਮਾਰੂੰ ਮੈਂ ਯਾਰ ਇਹ ਕੱਲਾ ਨਹੀਂ ਆ ਅਸੀਂ ਹੁਣ ਲਾਈਵ ਚੱਲਣ ਦਿਆ ਹੁਣ ਵੀ ਉਹਨਾਂ ਨੇ ਫੋਨ ਲੱਗ ਦੇਣੇ ਗੈਂਗਸਟਰ ਜਿਹੜਾ ਵੀ ਹੈਗਾ ਉਹਨੂੰ ਨਹੀਂ ਪਤਾ ਕਿਹੜੇ ਬੰਦੇ ਆ ਜਿੰਨੇ ਗੋਲੀ ਮਾਰੀ ਇੱਥੇ ਮਾਰੀ ਆ ਕੇ ਉਹ ਕੱਲਾ ਨਹੀਂ ਉਹਦੇ ਨਾਲ ਸਾਰਾ ਪਿੰਡ ਖਲੋਤਾ ਸਿੱਧੀ ਜਿਹੜੀ ਗੱਲ ਚਾਰ ਦਿਨ ਤੋਂ ਨੀਂਦਰਾ ਮਰਨ ਦਿਆ ਚਾਰ ਦਿਨ ਤੋਂ ਹਾਲਾਤ ਬਣ ਗਏ ਜੋ ਸਾਡੇ ਏਰੀਏ ਸਾਰੀ ਹਾਲ ਜੋ ਆ ਇੱਕ ਬਿਜ਼ਨਸਮੈਨ ਬੰਦੇ ਨੂੰ ਇੱਕ ਤੋਂ ਕਾਰ ਕਰਨਾ ਪੈਂਦਾ ਬਾਬੂ ਜੀ ਅੱਜ ਕੱਲ ਨੂੰ ਮੰਨ ਲਓ ਕੋਈ ਵੀ ਬੰਦਾ ਜੀਰੋ ਮੀਟਰ ਤੋਂ ਇਹਦਾ ਮਤਲਬ ਲਾਟੋ ਸਿੰਗਰ ਚੱਲਦੇ ਆ ਕੋਈ ਰੋਜ਼ ਨੀ ਕੋਈ ਆਉਂਦੀ ਕਦੀ ਕਿਸੇ ਸਿੰਗਰ ਨੂੰ ਧਮਕੀ ਮਿਲ ਜਾਂਦੀ ਆ ਕਦੀ ਕਿਸੇ ਨੂੰ ਮਿਲ ਜਾਂਦੀ ਧਮਕੀ ਕਦੀ ਕਿਸੇ ਨੂੰ ਧਮਕੀ ਇਹਦਾ ਮਤਲਬ ਤਰੱਕੀ ਕਰਨਾ ਪਾਵਿਆ ਜਿਹੜਾ ਬੰਦਾ ਅੱਗੇ ਵੱਧ ਗਿਆ ਉਹਨੂੰ ਧਮਕੀ ਦਿਓ ਤੇ ਸਾਰੀ ਸਾਰੀ ਰੋਟੀ ਪੈਸੇ ਮੰਗਿਓ ਚਲੋ ਜੀ ਖਾਦਾ ਹੈਗਾ